ਗੁੱਡ ਈਵਨਿੰਗ एवरीवन ਇੱਕ ਮੈਂ ਹੁਣੇ ਸਵੇਰ ਮਾਰਨਿੰਗ ਵੀਡੀਓ ਬਣਾਈ ਸੀ ਰਿਗਾਰਡਿੰਗ ਕੋਰਟ ਕੇਸ ਦੇ ਰਿਗਾਰਡਿੰਗ ਉੱਚ ਕਾਫੀ ਕਮੈਂਟਸ ਆਏ ਨੇ ਮੈਨੂੰ ਕਿ ਮੈਨੂੰ ਇਹ ਦੱਸਿਆ ਜਾਵੇ ਕਿ ਬੈਕਲੌਗ ਪੋਸਟਾਂ ਕੀ ਹੁੰਦੀਆਂ ਉਹ ਬੈਕਲੌਗ ਪੋਸਟਾਂ ਦੇ ਬਾਰੇ ਵੀਡੀਓ ਹੈ ਜੀ ਇਹ ਇਸ ਵੀਡੀਓ 'ਚ ਮੈਂ ਸਿਰਫ ਇੰਨਾ ਹੀ ਦੱਸਣਾ ਹੈ ਕਿ ਬੈਕਲੌਗ ਪੋਸਟਾਂ ਹੁੰਦੀਆਂ ਕੀ ਨੇ ਇਹ ਐਕਚੁਅਲ 'ਚ ਕੀ ਹੈ ਠੀਕ ਹੈ ਜੀ ਚਲੋ ਇਹ ਵੀਡੀਓ ITT ਵਾਲੇ ਲਈ ਜਿਨ੍ਹਾਂ ਨੇ ITT ਦਾ ਪੇਪਰ ਭਰਿਆ ਉਹਨਾਂ ਲਈ ਵੀ ਕੰਮ ਦੀ ਹੈ ਜਿਨ੍ਹਾਂ ਆਹੋ 3706 ਜਿਹੜੇ ਮਾਸਟਰ ਕਾਟਰ ਦੀਆਂ ਪੋਸਟਾਂ ਨੇ ਉਹਨਾਂ ਲਈ ਵੀ ਕੰਮ ਦੀ ਹੈ ਜਾਂ ਲੈਕਚਰਰ ਕਾਟਰਈ ਆ ਕੋਈ ਵੀ ਗਵਰਨਮੈਂਟ ਜੌਬਸ ਦੀਆਂ ਜਿਹੜੀਆਂ ਪੋਸਟਾਂ ਨਿਕਲਦੀਆਂ ਸਾਰਿਆਂ ਲਈ ਜਿਨ੍ਹਾਂ ਨੇ ਵੀ ਬੈਕਲੌਗ ਬਾਰੇ ਜਾਣਕਾਰੀ ਲੈਣੀ ਹੈ ਸਾਰਿਆਂ ਲਈ ਇਹ ਕੰਮ ਦੀਆਂ ਕੰਮ ਦੀ ਵੀਡੀਓ ਹੈ ਚਲੋ ਸ਼ੁਰੂ ਕਰੀਏ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਵੀਡੀਓ ਪਸੰਦ ਆਵੇ ਤਾਂ ਲਾਈਕ ਕਰਿਓ ਸਬਸਕ੍ਰਾਈਬ ਕਰੋ ਚੈਨਲ ਨੂੰ ਜੀ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਅੱਛਾ ਹੁਣ ਬੈਕਲੋਗ ਦਾ ਕੀ ਮਤਲਬ ਹੈ ਹੁਣ ਦੇਖੋ ਜਿਵੇਂ ਹੁਣ ਤੁਹਾਡੀਆਂ ਆ ਪੋਸਟ ਆਈਆਂ ਸੀ 1664 ਪੋਸਟ ਆਈਆਂ ਸੀ ਜੀ ਤੁਹਾਡੀਆਂ ਈਟਟੇ ਦੀਆਂ ਠੀਕ ਹੈ ਜੀ 1664 ਪੋਸਟ ਆਈਆਂ ਸੀ ਉਹ 1664 ਦੇ ਵਿੱਚ ਕੀ ਅਲੱਗ-ਅਲੱਗ ਰਿਜ਼ਰਵੇਸ਼ਨ ਹੁੰਦੀ ਹੈ ਕੀ ਜਨਰਲ ਕੈਟਾਗਰੀ ਦੀ ਕਿੰਨੀਆਂ ਪੋਸਟ ਹੈ ਦੀ ਅਲੱਗ ਪਰਸੈਂਟੇਜ ਹੁੰਦੀ ਹੈ ਦੀ ਇਹ ਮੈਂ ਅਲੱਗ ਇੱਕ ਵੀਡੀਓ ਬਣਾਈ ਹੋਈ ਹੈ ਜਿਸ ਵਿੱਚ ਮੈਂ ਕਵਰ ਕੀਤਾ ਹੈ ਕਿ ਇਹਨਾਂ ਦੀ ਪਰਸੈਂਟੇਜ ਇੰਨੀ ਹੁੰਦੀ ਹੈ ਐਵੇਂ ਅਨੁਸੂਚਿਤ ਜਾਤੀ ਦੀ ਇੰਨੀ ਹੈ ਇਹ ਪਰਸੈਂਟੇਜ ਅਲੱਗ-ਅਲੱਗ ਮੈਂਸ਼ਨ ਕੀਤੀ ਹੋਈ ਹੈ ਕਿ ਆਪਣੇ ਜਿਹੜੇ ਪੰਜਾਬ ਰਿਜ਼ਰਵੇਸ਼ਨ ਐਕਟ ਦੇ ਵਿੱਚ ਕੀ ਇਹਨਾਂ ਨੂੰ ਜਨਰਲ ਕੈਟਾਗਰੀ ਨੂੰ ਇੰਨੀ ਪਰਸੈਂਟ ਪੋਸਟਾਂ ਮਿਲਨੀ ਹੈ ਠੀਕ ਹੈ ਤਾਂ ਮੈਂ ਅਲੱਗ ਇੱਕ ਵੀਡੀਓ ਵੀ ਬਣਾਇਆ ਹੈ ਕਿ ਜਨਰਲ ਕੈਟਾਗਰੀ ਦੀ ਇੰਨੀ ਪਰਸੈਂਟੇਜ ਹੁੰਦੀ ਹੈ एससी कैटेगरी ਦੀ ਐਨੀ ਹੁੰਦੀ ਐ एससी ਉਹਦੇ ਵਿੱਚ ਉਹਦੀ ਦੋ ਸਬ ਕੈਟਾਗਰੀਜ਼ ਬਣਦੀ ਐ एससी आर ओ एससी ਐਮ ਐਂਡ ਬੀ ਐਮ ਐ ਬੀ ਸੀ ਦੀ ਕੈਟਾਗਰੀ ਬਣਦੀ ਐ ਐਸ ਸੀ ਐਕ ਸਰਵਿਸਮੈਨ ਵੀ ਕੈਟਾਗਰੀ ਨਿਕਲਦੀ ਐ ਸਪੋਰਟਸ ਕੈਟਾਗਰੀ ਅਲੱਗ-ਅਲੱਗ ਕੈਟਾਗਰੀ ਨਿਕਲਦੀਆਂ ਠੀਕ ਐ ਜੀ ਜਿਵੇਂ ਆਹ ਸਾਰੀਆਂ ਜਿਹੜੀਆਂ ਅੱਗੇ-ਅੱਗੇ ਫਰੰਟ 'ਚ ਲਿਖੀਆਂ ਹੋਈਆਂ ਐ ਇਹ ਸਾਰੀਆਂ ਦਾ ਜਿਵੇਂ 600 ਆਪਣੇ ਜਿੰਨੀਆਂ ਟੋਟਲ ਪੋਸਟਾਂ ਸੀਗੀਆਂ ਜਿਵੇਂ ਟੋਟਲ ਪੋਸਟਾਂ ਹੈ 1664 ਪੋਸਟਾਂ ਸੀ ਉਹਦੇ ਚ ਵੇਰੀਅਸ categories ਦੀਆਂ ਕਿੰਨੀਆਂ ਕਿੰਨੀਆਂ ਪੋਸਟਾਂ ਆ ਉਹਦੀਆਂ ਅਲੱਗ-ਅਲੱਗ ਪਰਸੈਂਟੇਜ ਹੁੰਦੀ ਆ ਉਹਦੇ ਅਕੋਰਡਿੰਗ ਤਾਂ ਆਹ ਪੋਸਟਾਂ ਨੇ ਜੀ ਆ ਜਿਹੜੀ ਅਗਲੇ ਵਾਲੀਆਂ ਠੀਕ ਹੈ ਹੁਣ ਆ ਗਈ ਗੱਲ ਬੈਕਲੌਗ ਪੋਸਟ ਆ ਗਿਆ ਨੇ ਜਿਵੇਂ ਇਹਦੇ ਚ ਲਿਖੀਆਂ ਆਈਆਂ 298 ਬੈਕਲੌਗ ਪੋਸਟਾਂ ਇਹਨੂੰ ਮੈਂ ਸਮਝਾਉਣ ਲਈ ਇੱਕ ਐਗਜ਼ਾਮਪਲ ਲੈਣਾ ਜਿਵੇਂ ਜੀ ਆਜ਼ਾਦੀ ਵਾਲੇ ਜਿਹੜੇ ਆਪਣੇ ਫਰੀडम फाइਟਰ ਐ ਹੁਣ ਦੇਖੋ ਇਹਦੇ 17 ਪੋਸਟਾਂ ਦਾ ਜਨਰੇਟ ਹੋਈਆਂ ਇਹਦੇ ਚੋਂ ਕੀ ਜਿੰਨੀਆਂ 1664 ਪੋਸਟਾਂ ਆ ਇਹ ਚ ਕੁਝ ਰਿਜ਼ਰ ਪਰਸੈਂਟ ਰਿਜ਼ਰਵ ਹੁੰਦੀਆਂ ਆ ਫ੍ਰੀडम फाइਟਰ ਲਈਆਂ ਉਹ ਪੋਸਟਾਂ ਦਾ ਨਿਕਲ ਗਿਆ ਆ 17 ਤੇ ਫਿਰ ਆ ਬੈਕਲੌਗ 43 ਪੋਸਟਾਂ ਦਾ ਕੀ ਮਤਲਬ ਹੈ ਹੁਣ ਮੰਨ ਲਓ ਹੁਣ ਦੇਖੋ ਇਸ ਟਾਈਮ ਇਹਦੇ ਚ ਟੋਟਲ ਪੋਸਟਾਂ 60 ਨੇ ਕਿਹਦੇ ਚ ਫ੍ਰੀडम फाइਟਰ ਦੇ ਵਿੱਚ ਹੈ ਜੀ 60 ਪੋਸਟਾਂ on ਟੋਟਲ ਨੇ ਹੁਣ ਦੇਖੋ ਬੈਕਲੌਗ ਨੂੰ ਮੈਂ ਸਮਝਾ ਰਿਹਾ ਕਿ ਹੈ ਗੱਲ ਮਨ ਲਓ ਜਦ ਹੀ ਹੁਣ ਈਟੀਟੀ ਦੀ ਐਡਵਰਟਾਈਜ਼ਮੈਂਟ ਆਈ ਹੈ ਆ 60 ਪੋਸਟਾਂ ਚੋਂ 20 ਪੋਸਟਾਂ ਤਾਂ ਫਿਲ ਹੋ ਜਾਂਦੀਆਂ ਠੀਕ ਹੈ 20 ਪੋਸਟਾਂ ਫਿਲ ਹੋ ਗਈਆਂ ਜਿਹੜੀਆਂ ਬਾਕੀ ਰਹਿ ਗਈਆਂ ਬਾਕੀ ਦੇਖੋ ਕਿੰਨੀਆਂ ਪੋਸਟਾਂ ਰਹਿ ਗਈਆਂ ਆਪਣੀਆਂ ਬਾਕੀ ਪੋਸਟਾਂ ਰਹਿ ਗਈਆਂ 40 ਹੁਣ ਇਹ 40 ਪੋਸਟਾਂ ਦਾ ਜਿਹੜੇ 20 ਪੋਸਟਾਂ ਦਾ ਪੂਰੀ ਦੀ ਇਹ ਪੂਰੇ ਕਿ ਸਿਰਫ 20 ਕੈਂਡੀਡੇਟ ਸੀਗੇ ਐਲੀਜੀਬਲ 60 ਟੋਟਲ ਪੋਸਟਾਂ ਨੇ 20 ਕੈਂਡੀਡੇਟ ਦਾ ਜਿਹੜੇ ਐਲੀਜੀਬਲ ਨੇ ਉਹ ਤਾਂ ਪੋਸਟਾਂ ਲੈ ਗਏ 40 ਪੋਸਟਾਂ ਦਾ ਵੇਕੈਂਟ ਰਹਿ ਗਈਆਂ ਹੁਣ 40 ਪੋਸਟਾਂ ਦਾ ਕੀ ਹੋਊਗਾ ਇਹਦਾ ਮੈਂ ਤੁਹਾਨੂੰ ਵੀਡੀਓ ਬਣਾ ਕੇ ਪਹਿਲਾਂ ਵੀ ਸਮਝਾਇਆ ਹੈ ਕਿ ਟੋਟਲ 60 ਪੋਸਟਾਂ ਨੇ 20 ਤਾਂ ਐਲੀਜੀਬਲ ਕੈਂਡੀਡੇਟਸ ਨੂੰ ਬੱਲ ਗਈਆਂ 40 ਪੋਸਟਾਂ ਰਹਿ ਗਈਆਂ ਵੇਕੈਂਟ ਹੁਣ ਜਾਂ ਤਾਂ ਇਹ ਹੋ ਸਕਦਾ ਹੈ ਵੇਕੈਂਟ ਦੀ ਵੇਕੈਂਟ ਹੀ ਰਹਿਣ ਹੁਣ ਜਾਂ ਇਹ ਹੋ ਸਕਦਾ ਹੈ ਪੋਸਟਾਂ ਡੀ ਰਿਜ਼ਰਵ ਹੋ ਜਾਣ ਠੀਕ ਹੈ ਡੀ ਰਿਜ਼ਰਵ ਹੋ ਕੇ ਜਨਰਲ ਕੈਟਾਗਰੀ ਚ ਪਹੁੰਚ ਜਾਣਗੀਆਂ ਓਪਨ ਕੈਟਾਗਰੀ ਬਣ ਜੂਗੀ ਇਹਨਾਂ ਦੀ ਹੁਣ ਕਦੇ ਵੀ ਪੋਸਟਾਂ ਖਤਮ ਨਹੀਂ ਹੁੰਦੀਆਂ ਹੁੰਦੀਆਂ ਇਹ ਨਹੀਂ ਸਮਝਣਾ ਕਿ ਇਹ 40 ਪੋਸਟਾਂ ਖਤਮ ਹੋ ਗਈਆਂ ਆ 20 ਪੋਸਟਾਂ ਤਾਂ ਖਤਮ ਹੋ ਗਿਆ ਜੀ ਇਹਦਾ ਕੰਮ ਤਾਂ ਖਤਮ ਹੋ ਗਿਆ ਹੁਣ 20 ਪੋਸਟਾਂ ਤਾਂ ਫਿਲ ਹੋ ਗਈਆਂ ਇਹਦਾ ਕੰਮ ਖਤਮ ਹੋ ਗਿਆ ਬਟਾ 40 ਪੋਸਟਾਂ ਫਿਲ ਨਹੀਂ ਹੋਈਆਂ ਉਹਦੀ ਕੈਟਾਗਰੀ ਦੀਆਂ ਕਿਹੜੀ ਫ੍ਰੀडम फाइਟਰ ਦੀ ਇਹ ਡੀ ਰਿਜ਼ਰਵ ਹੋ ਕੇ ਕਿਸੇ ਹੋਰ ਕੈਟਾਗਰੀ 'ਚ ਚਲੇ ਗਈਆਂ ਤੇ ਕਦੇ ਵੀ ਪੋਸਟਾਂ ਖਤਮ ਨਹੀਂ ਹੁੰਦੀਆਂ ਹੁੰਦੀਆਂ ਜਦੋਂ ਇਹ ਡੀ ਰਿਜ਼ਰਵ ਹੁੰਦੀਆਂ ਤਾਂ ਇਹ ਅੱਗੇ ਕੈਰੀ ਫਾਰਵਰਡ ਹੋ ਜਾਂਦੀ ਹੈ ਇਹ 40 ਪੋਸਟਾਂ ਅਗਲੀ ਜਿਹੜੀ ਐਡਵਰਟਾਈਜ਼ਮੈਂਟ ਆਊਗੀ ਉਹਦੇ ਚਾ 40 ਪੋਸਟਾਂ ਨੇ ਜੁੜੇ ਹੋਣਾ ਥੈਟ ਇਜ਼ ਕਾਲਡ ਬੈਕਲੌਗ ਪੋਸਟ ਜਿਹੜੀਆਂ ਆ ਪੋਸਟਾਂ ਨੇ 40 ਇਹਨੂੰ ਆਪਾਂ ਕਹਿੰਨੇ ਆ ਬੈਕਲੌਗ ਵਾਲੀਆਂ ਪੋਸਟਾਂ ਕਲੀਅਰ ਹੈ ਜੀ ਮਤਲਬ ਕਿ 60 ਟੋਟਲ ਪੋਸਟਾਂ ਸੀ ਜਿੱਚੋ 20 ਤਾਂ ਫਿਲ ਹੋ ਗਈਆਂ ਉਹ ਤਾਂ ਕਹਾਣੀ ਖਤਮ ਹੈ ਜਿਹੜੀਆਂ 40 ਫਿਲ ਨਹੀਂ ਹੋਇਆ ਉਹਦੀ ਇਆ ਤਾਂ ਫਿੱਲਡ ਨਹੀਂ ਹੋਈ ਜਾਂ ਉਹਦੀ ਡੀ ਰਿਜ਼ਰਵੇਸ਼ਨ ਹੋ ਵੀ ਦੋਨਾਂ ਚੋਂ ਕੁਝ ਵੀ ਹੋ ਗਿਆ ਬਟ ਉਹ ਉਸ ਕੈਟਾਗਰੀ ਨੂੰ ਤਾਂ ਨਹੀਂ ਮਿਲੀਆਂ ਫਰੀडम फाइਟਰ ਨੂੰ ਤਾਂ 40 ਪੋਸਟਾਂ ਅਗਲੀ ਵਾਰ ਜਿਹੜੀ ਐਡਵਰਟਾਈਜ਼ਮੈਂਟ ਆਊਗੀ ਨੈਕਸਟ ਪੋਸਟਾਂ ਦੀ ਉਹਦੇ ਵਿੱਚ 40 ਪੋਸਟਾਂ ਕੈਰੀ ਫਾਰਵਰਡ ਹੋ ਜਾਣੀ ਹੈ ਉਸ 40 ਪੋਸਟਾਂ ਨੂੰ ਆਪਾਂ ਕਹਿੰਦੇ ਆ ਬੈਕਵਰਡ ਆ ਸੌਰੀ ਜਿਹੜੀ ਕਹਿੰਦੇ ਆ ਬੈਕਲੌਗ ਪੋਸਟ ਠੀਕ ਹੈ ਜੀ ਲਓ ਹੁਣ ਇੱਥੇ ਐਗਜ਼ਾਮਪਲ ਸਮਝਿਓ ਦੇਖੋ ਜਿਹੜੀ ਪਿਛਲੀ ਐਡ ਆਈ ਸੀ ਜਦੋਂ ਉਹਦੇ 'ਚ ਅਸਲੀ ਉਹ ਫ੍ਰੀडम ਫਾਈਟਰ ਦੀਆਂ ਜਿੰਨੀਆਂ ਪੋਸਟਾਂ ਸੀ ਫ੍ਰੀडम ਫਾਈਟਰ ਦੀਆਂ ਜਿੰਨੀਆਂ ਪੋਸਟਾਂ ਸੀ ਉਹ 'ਚ 43 ਪੋਸਟਾਂ ਵੇਕ ਐਂਡ ਰਹਿ ਗਈਆਂ ਸੀਗੀਆਂ ਹੋਣੋਂ 43 ਪੋਸਟਾਂ ਕਿ ਆ ਪਤਾ ਉਸ ਟਾਈਮ ਦੇ ਉੱਤੇ ਡੀ ਰਿਜ਼ਰਵ ਕੀਤੀਆਂ ਹੋਣ ਇਹਦੇ ਲਈ ਤੁਹਾਨੂੰ ਪਿਛਲੀ ਪਹਿਲਾਂ ਐਡਵਰਟਾਈਜ਼ਮੈਂਟ ਚੱਕ ਕੇ ਦੇਖਣੀ ਪੈਣੀ ਹੈ ਜਦੋਂ ਪਹਿਲਾਂ ਆਈ ਸੀਗੀ ਮੇਰੇ ਖਿਆਲ ਨਾਲ 3-4 ਸਾਲ ਪਹਿਲਾਂ ਆਈ ਹੈ ਜਦੋਂ ਇਹਦੀ ਵੈਕੈਂਸੀਜ਼ ਨਿਕਲੀਆਂ ਸੀਆਂ ਆਈਟੀਟੀ ਦੀਆਂ ਉਹਦੇ ਚ ਫਰੀडम फाइਟਰ ਦੀਆਂ 43 ਪੋਸਟਾਂ ਵੈਕੈਂਟ ਰਹਿਗੀਆਂ ਸੀ ਉਹ ਜਾਂ ਤਾਂ ਡੀ ਰਿਜ਼ਰਵ ਕੀਤੀਆਂ ਹੋਣੀਆਂ ਜੇ ਡੀ ਰਿਜ਼ਰਵ ਵੀ ਹੋ ਸਕਦੀਆਂ ਜਾਂ ਡੀ ਰਿਜ਼ਰਵ ਨਹੀਂ ਵੈਕੈਂਟੀ ਰਹਿਗੀਆਂ ਹੋਣ ਤਾਂ ਇਹ ਕਿਉਂਕਿ ਵੈਕੈਂਟ ਰਹਿਗੀਆਂ ਤਾਂ ਇਹ ਬੈਕਲੌਗ ਬਣ ਗਿਆ ਜੀ ਜਿਹੜੀ ਨੈਕਸਟ ਐਡਵਰਟਾਈਜ਼ਮੈਂਟ ਜਿਹੜੀ ਹੁਣ ਆਈ ਆ ਉਹਦੇ ਚ 43 ਪੋਸਟਾਂ ਜਾ ਕੇ ਐਡ ਹੋ ਗਈਆਂ 댓 ਇਜ਼ ਕਾਲਡ ਬੈਕਲੌਗ ਪੋਸਟ ਦੇਖੋ ਇਹਨਾਂ ਨੇ ਇਹ ਵਰਡ ਲਿਖਿਆ ਹੈ ਬੈਕਲੌਗ ਜਿਵੇਂ ਪਿਛਲੀ ਐਡਵਰਟਾਈਜ਼ਮੈਂਟ ਦੇ ਵਿੱਚ 43 ਪੋਸਟਾਂ ਆਦੀ ਫ੍ਰੀडम फाइਟਰ ਦੀਆਂ ਨਹੀਂ ਭਰੀਆਂ ਨਹੀਂ ਸੀਗੀਆਂ ਐਵੇਂ ਹੈਂਡੀਕੈਪ ਦੀਆਂ 26 ਦੇ ਕਰੀਬ ਪੋਸਟਾਂ ਨਹੀਂ ਭਰੀਆਂ ਗਈਆਂ ਸੀਗੀਆਂ ਕਿਧੀਆਂ ਹੈਂਡੀਕੈਪ ਦੀ ਪਿਛਲੀ ਮੈਡਿਟ ਪਿਛਲੇ ਜਿਹੜੀ ਜਦੋਂ ਐਡਵਰਟਾਈਜ਼ਮੈਂਟ ਆਈ ਸੀ ਐਵੇਂ ਐਸ ਸੀ ਆਰਓ ਤੇ ਐਸ ਸੀ ਐਮ ਬੀ ਦੀਆਂ ਪਿਛਲੀਆਂ ਪੋਸਟਾਂ ਨਹੀਂ ਗੱਪਰੀਆਂ ਸੀਗਾ ਜਦੋਂ ਮੈਡਿਟ ਆਈ ਸੀ ਥੈਟ ਇਜ਼ ਕਾਲਡ ਬੈਕਲੋਗ ਪੋਸਟਸ ਆਈ ਥਿੰਕ ਹੁਣ ਤੁਹਾਨੂੰ ਪੂਰਾ ਕਲੀਅਰ ਹੋ ਗਿਆ ਹੋਣਾ ਬੈਕਲੋਗ ਪੋਸਟਾਂ ਕੀ ਹੁੰਦੀਆਂ ਜੇ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਜੀ ਵੱਤੋ ਵੱਤ ਥੈਂਕ ਯੂ